ਤੁਹਾਨੂੰ ਖਾਦ ਵਗੈਰਾ ਨਹੀਂ ਮਿਲਦੀ, ਪੂਰਾ ਜ਼ੋਰ ਲਾਇਆ, ਅਗਰ ਨੰਬਰਦਾਰ ਨੂੰ ਨਹੀਂ ਮਿਲੀ ਕਿ ਦੂਸਰੇ ਬੰਦੇ ਨੂੰ ਕਿੱਥੋਂ ਮਿਲ ਜਾਏਗੀ। ਸਾਡੇ ਪਿੰਡ ਦੀ ਸਭ ਤੋਂ ਅੱਛੀ ਰੀਤ ਇਹੀ ਹੈ ਵੀ ਜਿਹੜਾ ਪਿੰਡ ਦਾ ਬੰਦਾ ਉਹਨੂੰ ਸਾਰਾ ਪਿੰਡ ਇਕੱਠਾ ਹੋ ਕੇ ਵੋਟ ਪਾਉਂਦਾ। ਚੱਕ 99 ਜੀਂਦੇ ਰਤਨ ਰਤਨ ਸਿੰਘ ਦੇ ਨਾਮ ਤੋਂ ਮਸ਼ਹੂਰ ਹੈ। ਇਹ ਚੱਕ ਫੈਸਲਾਬਾਦ ਤੋਂ ਗੋਜਰਾ ਰੇਲਵੇ ਲਾਈਨ ਦੇ ਨਾਲ ਜ਼ਿਲ੍ਹਾ ਫੈਸਲਾਬਾਦ ਦਾ ਆਖਰੀ ਪਿੰਡ ਏ। ਇਸ ਤੋਂ ਅੱਗੇ ਤਹਿਸੀਲ ਗੋਜਰਾ ਦੀ ਹਦੂਦ ਸ਼ੁਰੂ ਹੋ ਜਾਂਦੀ ਏ। ਇਹ ਚੱਕ ਸੰਨ 1947 ਤੋਂ ਪਹਿਲਾਂ ਦਾ ਆਬਾਦ ਹੈ। ਇਸ ਚੱਕ ਦੀ ਤਕਸੀਮ ਸੰਨ 1902 ਦੇ ਅੰਦਰ ਅੰਗਰੇਜ਼ਾਂ ਨੇ ਖੁਦ ਆਪਣੇ ਹੱਥੀਂ ਕੀਤੀ ਸੀ। ਇਸ ਕਰਕੇ ਇਸ ਚੱਕ ਨੂੰ ਮਸਾਲੀ ਪਿੰਡਾਂ ਦੇ ਵਿੱਚ ਵੀ ਕਰਾਰ ਦਿੱਤਾ ਜਾਂਦਾ ਹੈ। ਸੰਨ 47 ਤੋਂ ਪਹਿਲਾਂ ਇਹ ਸਾਰਾ ਚੱਕ ਸਿੱਖਾਂ ਦਾ ਸੀ। ਇਸ ਚੱਕ ਦੇ ਅੰਦਰ ਦੋ ਪੱਤੀਆਂ ਸੀ, ਇੱਕ ਪੱਤੀ ਦਾ ਲੰਬੜਦਾਰ ਅਜਾਇਬ ਸਿੰਘ ਸੀ ਅਤੇ ਦੂਜੀ ਪੱਤੀ ਦਾ ਲੰਬੜਦਾਰ ਰਤਨ ਸਿੰਘ ਸੀ। ਇਸ ਚੱਕ ਦਾ ਨਾਮ ਰਤਨ ਰਤਨਾ ਰਤਨ ਸਿੰਘ ਦੇ ਨਾਮ ਤੋਂ ਹੀ ਹੈ। 99 ਜੀਂਬੇ ਰਤਨ ਨੂੰ ਤਹਿਸੀਲ ਅਤੇ ਜ਼ਿਲ੍ਹਾ ਫੈਸਲਾਬਾਦ ਹੀ ਲੱਗਦੀ ਹੈ। ਇਹ ਚੱਕ ਫੈਸਲਾਬਾਦ ਸ਼ਹਿਰ ਤੋਂ ਤਕਰੀਬਨ 20 ਕਿਲੋਮੀਟਰ ਫਾਸਲੇ 'ਤੇ ਸਸ਼ਮੀਰ ਵਾਲੇ ਫਾਟਕ ਦੇ ਨੇੜੇ ਪੈਂਦਾ ਹੈ। ਇਸ ਚੱਕ ਦੇ ਅੰਦਰ ਹਾਜੀ ਅਤਾ ਮੁਹੰਮਦ ਸ਼ਾਹ ਸਾਹਿਬ ਦਾ ਇੱਕ ਦਰਬਾਰ ਵੀ ਹੈ ਜਿੱਥੇ ਸਾਲਾਨਾ ਮੇਲਾ ਲੱਗਦਾ ਹੈ, ਜਿੱਥੇ ਕਬੱਡੀ, ਕ੍ਰਿਕਟ, ਫੁੱਟਬਾਲ ਸਮੇਤ ਦੂਜੀਆਂ ਖੇਡਾਂ ਦੇ ਵੱਡੇ ਵੱਡੇ ਮੁਕਾਬਲੇ ਕਰਵਾਏ ਜਾਂਦੇ ਨੇ। ਅਨੰਨਵਾਂ ਜੀਂਬੇ ਰਤਨਾਂ ਦੇ ਅੰਦਰ ਅਕਸਰੀਅਤ ਗੁੱਜਰ ਅਤੇ ਰਾਣਾ ਬਰਾਦਰੀ ਬੈਠੀ ਹੋਈ ਹੈ, ਜਿਹੜੀ ਚੜ੍ਹਦੇ ਪੰਜਾਬ ਦੇ ਜ਼ਿਲ੍ਹਾ ਜਲੰਧਰ ਅਤੇ ਲੁਧਿਆਣਾ ਤੋਂ ਹਿਜਰਤ ਕਰਕੇ ਸੰਨ 47 ਵੇਲੇ ਲਹਿੰਦੇ ਪੰਜਾਬ ਦੇ ਪਿੰਡ ਰਤਨਾਂ ਦੇ ਅੰਦਰ ਆ ਕੇ ਆਬਾਦ ਹੋਈ ਹੈ। ਅਨੰਨਵਾਂ ਜੀਂਬੇ ਰਤਨਾਂ ਦਾ ਕੁੱਲ ਰਕਬਾ ਤਕਰੀਬਨ 50 ਮਰੱਬੇ ਹੈ। ਇਸ ਚੱਕ ਦੇ ਅੰਦਰ ਕਾਫੀ ਲੋਕ ਜ਼ਿੰਮੇਦਾਰਾਂ ਵੀ ਕਰਦੇ ਨੇ, ਲੇਕਿਨ ਪਿੰਡ ਦੀ ਜ਼ਮੀਨ ਪਾਣੀ ਦੀ ਕਮੀ ਹੋਣ ਕਰਕੇ ਜ਼ਿਆਦਾ ਜ਼ਰਖੇਜ਼ ਤੇ ਨਹੀਂ, ਲੇਕਿਨ ਕਾਬਲੇ ਕਾਸ਼ਤ ਜ਼ਰੂਰ ਹੈ। ਅਨੰਨਵਾਂ ਜੀਂਬੇ ਰਤਨ ਦੇ ਅੰਦਰ ਦੋ ਲੰਬੜਦਾਰੀਆਂ ਨੇ। ਇਸ ਚੱਕ ਦੀ ਲੰਬੜਦਾਰੀ ਦਾ ਨਿਜ਼ਾਮ ਰਾਣਾ ਅਸਲਮ ਲੰਬੜਦਾਰ ਤੇ ਰਾਣਾ ਬਾਬਰ ਲੰਬੜਦਾਰ ਸਾਹਿਬ ਸੰਭਾਲਦੇ ਨੇ। ਇਸ ਚੱਕ ਦੇ ਅੰਦਰ ਦੋ ਸਰਕਾਰੀ ਸਕੂਲ ਤੇ 4 ਮਸਾਜਿਦ ਨੇ। ਰਤਨਾ ਲੜਾਈ ਝਗੜੇ ਤੋਂ ਪਾਕ ਪਿੰਡ ਹੈ। ਇਸ ਚੱਕ ਦੇ ਲੋਕਾਂ ਦੇ ਅੰਦਰ ਇਤਫਾਕ ਤੇ ਮੁਹੱਬਤ ਬਹੁਤ ਹੀ ਜ਼ਿਆਦਾ ਹੈ। ਇਸ ਪਿੰਡ ਦੇ ਲੋਕਾਂ ਬਾਰੇ ਮਸ਼ਹੂਰ ਹੈ ਕਿ ਇਸ ਪਿੰਡ ਦਾ ਕੋਈ ਵੀ ਬੰਦਾ ਕਿਸੇ ਵੀ ਸੀਟ ਵਾਸਤੇ ਉਮੀਦਵਾਰ ਹੁੰਦਾ ਤੇ ਸਾਰਾ ਪਿੰਡ ਉਹਨੂੰ ਰਲ ਮਿਲ ਕੇ ਵੋਟ ਪਾਉਂਦਾ ਤੇ ਉਹਨੂੰ ਫਤਿਹਯਾਬ ਕਰਾਉਂਦਾ, ਕਿਉਂਕਿ ਇਸ ਚੱਕ ਦੇ ਅੰਦਰ ਮੁਖਾਲਫਤਬਾਜ਼ੀ ਤੜੇਬਾਜ਼ੀ ਕੋਈ ਨਹੀਂ। ਅਨੰਨਵਾਂ ਜੀਂਬੇ ਰਤਨਾਂ ਦੇ ਜ਼ਿਆਦਾਤਰ ਲੋਕ ਕਾਰੋਬਾਰੀ ਪੇਸ਼ੇ ਦੇ ਨਾਲ ਮੁਨਸਲਕ ਨੇ। ਇਸ ਤੋਂ ਇਲਾਵਾ ਕਾਫੀ ਲੋਕ ਸਰਕਾਰੀ ਮਹਿਕਮਿਆਂ ਦੇ ਵਿੱਚ ਭਰਤੀ ਨੇ, ਨਾਲ ਦੀ ਨਾਲ ਇਸ ਪਿੰਡ ਦੇ ਕਾਫੀ ਨੌਜਵਾਨ ਬਾਹਰ ਦੇ ਮੁਲਕਾਂ 'ਚ ਵੀ ਸੈੱਟ ਨੇ।
हुण गल करदे आ अनन्नवा जिंबे रत्ना दीआं मशहूर शख्सियात दे बारे। अनन्नवा जिंबे रत्ना सियासत दे हवाले नाल एक मशहूर मारूफ पिंड है, क्योंकि इस चक दे अंदर सियासत दा एक वड्डा नाम चेयरमैन पीटीआई दी सज्जी बांह साबिक वजीर आजम पाकिस्तान इमरान खान दे मावने खसूसी शहबाज गिल दा ए अबाई पिंड है। शहबाज गिल दे वालद साहब हले भी इस चक दे अंदर ही रहंदे ने। इस तो अलावा राणा नसीर अहमद खां चेयरमैन, राणा असलम हांगकांग वाले, असलम गुजर बैंक वाले, वसीम गुजर, राणा दानश, हाजी अशफाक, मास्टर मुश्ताक, राणा आसफ, चौधरी फाहद गुजर, राणा सदाकत, तफैल गुजर अमरीका वाले, ते उन्हां दे नाल नाल साडा सोहना वीर चौधरी आदल गुजर, उहदा तालक भी अनन्नवा जिंबे रत्ना दे नाल ही है। अनन्नवा जिंबे रत्ना दे अंदर एक फैसलाबाद रत्ना लाइन नाम दा क्लब भी काम कर रहा है, जिहड़ा इस चक दे अंदर हर फलाही काम दे अंदर वध चढ़ के हिस्सा लैंदा है, जिन्हों इस चक दे ही मुअज्ज़ज लोग अपनी मेहनत दी कमाई दे नाल चला रहे ने। अनन्नवा जिंबे स्पोर्ट्स के हवाले नाल भी एक सिर कढ़वा पिंड है। इस चक के अंदर मुख्तलिफ खेलों के टूर्नामेंट कराए जाते हैं। इस चक के प्लेयर के विचों मियाँ बलाल कबड्डी प्लेयर पाक आर्मी, उमर गुजर कबड्डी प्लेयर, ते क्रिकेट के मायानास प्लेयर राणा जैद ते राणा अरसलान छानी इस चक के मायानास प्लेयर ने। अनन्नवा जिंबे रतन मसाली पिंड होने करके बड़ा ही सोहना बनया होया। आओ तुहानू इस चक की सैर कराने। साडी इस वीडियो नू आखिर तक लाजमी वेखियो ते नाल दी नाल शेयर भी कर दियो ते नाल दी नाल साडे चैनल नू फॉलो ते सबसक्राइब भी कर लियो। चक नंबर 99 जिंबे रत्ना के नाम तो मशहूर है और तहसील फैसलाबाद का आखिरी पिंड है। इस तो अगले पास गोजरा टोबा स्टार्ट होंगे, यानी ये पिंड का मैं नंबरदार हाँ जनाब। सारा पिंड सिखा का, सारा रकबा सानू सारा सिखा का पे है। ਮਾ ਪੁਰਾਣਾ ਕੋ ਗੁਰਦੁਆਰਾ ਜਾਂ ਕੋਈ ਐਸਾ ਗੁਰਦੁਆਰਾ ਚੌਂਕ ਦੇ ਵਿੱਚ ਸੀਗਾ। ਇਹ ਦੋ ਪੱਤੀਆਂ ਸੀ ਅਜਾਇਬ ਸਿੰਘ ਦੀਆਂ ਤੇ ਰਤਨ ਸਿੰਘ ਦੀਆਂ, ਤੇ ਉੱਥੋਂ ਫਿਰ ਰਤਨਾ ਉਹਦਾ ਨਾਮ ਆ ਗਿਆ। ਜਿਸ ਤਰ੍ਹਾਂ ਹੁਣ ਮੇਰੇ ਕੋਲ ਦੋ ਪੱਤੀਆਂ ਅਜਾਇਬ ਸਿੰਘ ਦੀਆਂ, ਉਹਦਾ ਮੈਂ ਨੰਬਰਦਾਰ ਆ, ਇੱਕ ਦੂਸਰਾ ਨੰਬਰਦਾਰ ਹੋਰ ਉਹ ਹੋਰ ਪੱਤੀ ਦਾ। ਜ਼ਮੀਨ ਠੀਕ ਆ, ਇੰਨੀ ਫਰਟਾਈਲ ਨਹੀਂ ਹੈਗੀ ਲੇਕਿਨ ਪਹਿਲੇ ਸੀਗੀ, ਲੇਕਿਨ ਹੁਣ ਜ਼ਿਆਦਾ ਖਰਾਬੀ ਹੋ ਗਈ ਹੈ। ਖਾਦ ਵਗੈਰਾ ਪਾ ਕੇ ਕੁਛ ਟਿਊਬਵੈਲ ਦੇ ਪਾਣੀ ਲਾ ਕੇ, ਕਿਉਂਕਿ ਅੰਡਰ ਵਾਟਰ ਸਹੀ ਨਹੀਂ ਹੈਗਾ, ਟੋਟਲ ਸਲਾਈਨ ਵਾਟਰ ਆ, ਉਹਦਾ ਕੋਈ ਸੱਦੇਬਾਬ ਨਹੀਂ, ਹਕੂਮਤ ਕੁਛ ਨਹੀਂ ਕਰਦੀ ਇਹਦੇ ਵਾਸਤੇ। ਔਰ ਪਾਣੀ ਦੀ ਮਿਕਦਾਰ ਵੀ ਸਾਨੂੰ ਥੋੜ੍ਹੀ ਹੈ, ਤੁਸੀਂ ਅੰਦਾਜ਼ਾ ਕਰੋ ਕਿ ਇੱਕ ਕਿੱਲੇ ਨੂੰ 14 ਮਿੰਟ ਸਾਨੂੰ ਮਿਲਦੇ ਆ, ਅਤੇ 14 ਮਿੰਟ 'ਚ ਦੋ ਕਨਾਲ ਵੀ ਨਹੀਂ ਭਰਦੇ। ਆਮ ਪਿੰਡਾਂ ਵਰਗਾ ਪਿੰਡ ਆ, ਔਰ ਇਹਦੀ ਜਿਹੜੀ ਹੈ ਨਾ ਡਿਵੀਜ਼ਨ ਵੀ ਇਸੇ ਤਰ੍ਹਾਂ ਦੀ ਹੋਈ ਹੈ ਕਿ ਦਰਮਿਆਨ 'ਚ ਖੂਹ ਹੁੰਦਾ ਸੀਗਾ ਇਸ ਸਮੇਂ ਦੇ, ਜਿਸ ਤਰ੍ਹਾਂ ਘੰਟਾ ਘਰ 'ਚ ਰੱਖਿਆ ਸੈਂਟਰ 'ਚ, ਦਰਮਿਆਨ 'ਚ ਖੂਹ ਸੀ, ਉਹਦੇ ਸਾਈਡਾਂ 'ਤੇ 4 ਬਾਜ਼ਾਰ ਆ, ਚਾਰਾਂ 'ਤੇ ਫਿਰ ਅੱਗੇ ਫਿਰ ਡਿਵਾਈਡ ਹੋ ਕੇ ਦੋ ਦੋ ਬਾਜ਼ਾਰ ਆ ਗਏ ਆ। ਅਤੇ ਰਾਣਾ ਨਸੀਰ ਸਾਹਿਬ ਨੇ ਅਤੇ ਸਾਡੇ ਚੇਅਰਮੈਨ ਨੇ ਹਰਦਿਲ ਅਜ਼ੀਜ਼ ਨੇ ਜਨਾਬ, ਇੱਥੇ ਸਾਰੇ ਇਲਾਕੇ 'ਚ ਇਹਨਾਂ ਦਾ ਨਾਂ ਹੈ ਮਾਸ਼ਾਅੱਲਾ, ਅੱਛੀ ਸ਼ਖਸੀਅਤ ਆਏ ਸਾਡੇ ਚੇਅਰਮੈਨ ਸਾਹਿਬ।
ਤੇ ਹਰ ਲਿਹਾਜ਼ ਨਾਲ ਇਹ ਪੂਰੇ ਹੈ ਜੀ। ਇਹਨਾਂ ਨੇ ਜਿੱਦਣ ਦੇ ਚੇਅਰਮੈਨ ਬਣੇ ਸਾਡਾ ਪਿੰਡ ਦਾ ਬੜਾ ਮਾਹੌਲ ਅੱਛਾ ਹੋ ਗਿਆ, ਹਰੇਕ ਬਾਜ਼ਾਰ ਵੀ ਸੋਹਣ ਲੱਗ ਗਿਆ, ਕੋਈ ਲੜਾਈ ਝਗੜਾ ਨਹੀਂ, ਕੁਛ ਨਹੀਂ, ਅਮਨ ਨਾਲ ਜੇ ਕੋਈ ਬੋਲਿਆ ਵੀ ਤੇ ਇਹਨਾਂ ਨੇ ਬਿਠਾਲ ਕੇ ਸੁਲਾਹ ਕਰਾ ਦਿੱਤੀ ਹੈ, ਅਮਨ ਨਾਲ ਪਿੰਡ ਸਾਡੇ ਜੀ ਮਾਸ਼ਾ। ਇਸ ਪਿੰਡ ਦਾ ਜਿਹੜਾ ਵੀ ਕੈਂਡੀਡੇਟ ਖੜਾ ਹੋਇਆ ਨਾ, ਰਾਸਾ ਸਾਹਿਬ ਦੋ ਦਫਾ ਇਲੈਕਸ਼ਨ ਲੜੇ ਇੱਥੋਂ, ਤਕਰੀਬਨ ਇਹਨਾਂ ਦੇ ਪੂਰੇ ਪਿੰਡ ਹੀ ਇਹਨਾਂ ਭੁਗਤਿਆ, ਕੋਈ 150 ਵੋਟਾਂ ਦੇ ਖਿਲਾਫ ਗਈ ਹੈ, ਉਹ ਵੀ ਬੰਦਾ ਨਾਲ ਮੁਖਾਲਫ ਪਿੰਡ ਦੇ, ਮੇਰੇ ਖਿਲਾਫ ਵੀ 115-20 ਵੋਟ ਪਏ ਆ ਵਾਈਸ ਚੇਅਰਮੈਨ ਪਿੰਡ ਦੇ ਹੋਣ ਦੇ ਬਾਵਜੂਦ ਜੀ। ਸਾਡੇ ਪਿੰਡ ਦੀ ਮੇਰੀ ਮਸ਼ਹੂਰ ਸ਼ਖਸੀਅਤ ਇਸ ਵੇਲੇ ਉਹ ਸ਼ਬਾਦ ਗਿੱਲ ਸਾਹਿਬ ਨੇ, ਪਿੰਡ ਵਾਲਿਆਂ ਨੂੰ ਪੈਗਾਮ ਇਹੀ ਹੈ ਵੀ ਅਸੀਂ ਇਸ ਤਰ੍ਹਾਂ ਸ਼ੁਰੂ ਤੋਂ ਇਕੱਠੇ ਚੱਲਦੇ ਹਾਂ ਆਪਸ 'ਚ, ਸਿਆਸੀ ਤੌਰ 'ਤੇ ਅਤੇ ਅਖਲਾਕੀ ਤੌਰ 'ਤੇ ਸਾਨੂੰ ਆਪਸ 'ਚ ਇਕੱਠੇ ਚੱਲਣਾ ਚਾਹੀਦਾ, ਔਰ ਸਾਡੇ ਚੱਲਣ ਦੇ ਫਜ਼ਲ ਨਾ ਐਡੀ ਕੋਈ ਦੁਸ਼ਮਣਦਾਰੀ ਕੋਈ ਨਹੀਂ ਕਿਸੇ ਦੀ ਵੀ, ਅਸੀਂ ਸੁਲਾਹ ਨਾਲ ਚੱਲ ਪੈਂਦੇ ਹਾਂ, ਜਿੰਨੇ ਮਰਜ਼ੀ ਲੜਾਈ ਹੋਵੇ ਬਹਿ ਕੇ ਸੁਲਾਹ ਕਰ ਲਈ ਦੀ।